ਮੈਂ ਕਹਿੰਨਾ ਕਿ ਬੁੱਤ ਲੱਗਣੇ ਚਾਹੀਦੇ ਜਿਹਾ ਸੱਚ ਸੁਣਿਆ ਤੁਸੀਂ ਮੈਂ ਕਿਹਾ ਕਿ ਬੁੱਤ ਲੱਗਣੇ ਚਾਹੀਦੇ ਨੇ ਸ਼੍ਰੀ ਦਰਬਾਰ ਸਾਹਿਬ ਜਾਂਦਿਆਂ ਨੂੰ ਰਸਤੇ ਦੇ ਵਿੱਚ ਗਿੱਧੇ ਭੰਗੜੇ ਵਾਲੇ ਨਚਾਰਾਂ ਦੇ ਬੁੱਤ ਲੱਗੇ ਹੋਏ ਨੇ ਮੈਂ ਉਹਨਾਂ ਬੁੱਤਾਂ ਦੀ ਹਮਾਇਤ ਨਹੀਂ ਕਰਦਾ ਪਰ ਉਹਨਾਂ ਦੀ ਜਗ੍ਹਾ ਦੂਜੇ ਬੁੱਤ ਲੱਗਣੇ ਚਾਹੀਦੇ ਨੇ ਕਿਹੜੇ ਬੁੱਤ ਸਾਡੇ ਸਿੱਖ ਸ਼ਹੀਦਾਂ ਦੇ ਬੁੱਤ ਸਾਡੇ ਜਨੈਲਾਂ ਦੇ ਬੁੱਤ ਜਿਨ੍ਹਾਂ ਖਾਲਸੇ ਦਾ ਰਾਜ ਭਾਗ ਕਾਇਮ ਕੀਤਾ ਸਰਦਾਰ ਹਰੀ ਸਿੰਘ ਨਰੂਏ ਦਾ ਬੁੱਤ ਲੱਗੇ ਤੇ ਹੀਟਾਂ ਉਸ ਦੇ ਸਰਦਾਰ ਦਾ ਇਤਿਹਾਸ ਦੱਸਿਆ ਜਾਵੇ ਕਿ ਸਰਦਾਰ ਨੇ ਕਿਹੜੀਆਂ ਮਾਰਾਂ ਮਾਰੀਆਂ ਕਾਬਲ ਕੰਧਾਰ ਤੱਕ ਸਿੱਖ ਰਾਜ ਜਿਹੜਾ ਕਾਇਮ ਕੀਤਾ ਹੈ ਬਾਬਾ ਬੰਦਾ ਸਿੰਘ ਜੀ ਦੀ ਬਹਾਦਰੀ ਦਾ ਬੁੱਤ ਲੱਗਣਾ ਚਾਹੀਦਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੁੱਤ ਲੱਗੇ ਐ ਸਿੱਖਾ ਵੇਖ ਭਾਈ ਮਨੀ ਸਿੰਘ ਜੀ ਨੇ ਵੱਧ-ਵੰਧ ਕਟੌਣਾ ਕਬੂਲ ਕਰ ਲਿਆ ਪਰ ਸਿੱਖੀ ਤੋਂ ਬੇਮੁਖ ਨਹੀਂ ਹੋਏ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਬੁੱਤ ਲੱਗੇ ਤੇ ਸਾਨੂੰ ਪਤਾ ਲੱਗੇ ਸਿੱਖਾ ਦੇਖ ਭਾਈ ਤਾਰੂ ਸਿੰਘ ਜੀ ਦਾ ਖੋਪਰ ਤਾਂ ਲੈ ਗਿਆ ਪਰ ਉਹਨਾਂ ਨੇ ਕੇਸਾਂ ਦੀ ਜਿਹੜੀ ਇਹ ਬਿਦਵੀ ਨਹੀਂ ਸਹਾਰੀ ਕੇਸਾਂ ਦੀ ਬਿਦਵੀ ਨਹੀਂ ਹੋਣ ਦਿੱਤੀ ਗੁਰੂ ਪਿਆਰਿਓ ਭਾਰਤ ਦੇ ਕੋਨੇ-ਕੋਨੇ ਵਿੱਚੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਵਾਸਤੇ ਆਉਂਦੇ ਨੇ ਜਦੋਂ ਉਹ ਗਿੱਧੇ ਪੰਘੜੇ ਵਾਲੇ ਬੁੱਤ ਵੇਖਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਿੱਖ ਕੌਮ ਜਿਹੜੀ ਐ ਇੱਕ ਨੱਚਣ ਟੱਪਣ ਵਾਲਿਆਂ ਦੀ ਕੌਮ ਹੈ ਪਰ ਜਦੋਂ ਸਾਡੇ ਸਿੱਖ ਸ਼ਹੀਦਾਂ ਦੇ ਬੁੱਤ ਲੱਗੇ ਹੋਣਗੇ ਸਾਡਾ ਇਤਿਹਾਸ ਉਹਨਾਂ ਬੁੱਤਾਂ ਦੇ ਥੱਲੇ ਲਿਖਿਆ ਹੋਵੇਗਾ ਤੇ ਫੇਰ ਉਹਨਾਂ ਨੂੰ ਪਤਾ ਲੱਗੇਗਾ ਕਿ ਇਸ ਕੌਮ ਦੇ ਉੱਤੇ ਕਿੰਨੇ ਤਸੀਹੇ ਕਿੰਨੇ ਜ਼ੁਲਮ ਹੋਏ ਪਰ ਇਹ ਕੌਮ ਫੇਰ ਵੀ ਚੜ੍ਹਦੀ ਕਲਾ ਵਿੱਚ ਰਹੀ ਸਰਬੱਤ ਦਾ ਭਲਾ ਮੰਗਦੀ ਰਹੀ ਤੇ ਇਹਨਾਂ ਨੇ ਆਪਣਾ ਰਾਜ ਭਾਗ ਕਾਇਮ ਰੱਖਿਆ ਗੁਰੂ ਪਿਆਰਿਓ ਦੇਖ ਸ਼ਾਮ ਦੇਖ ਸ਼ਾਮ ਜੇ ਉਹ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਪਤਾ ਲੱਗੇਗਾ ਲੱਗੇਗਾ ਕਿ ਖਾਲਸੇ ਦਾ ਵੀ ਰਾਜ ਭਾਗ ਹੋਇਆ ਕਰਦਾ ਸੀ ਸੋ ਮੈਂ ਕਹਿੰਦਾ ਕਿ ਬੁੱਤ ਲੱਗਣੇ ਚਾਹੀਦੇ ਨੇ ਸਿੱਖ ਜਨੈਲਾਂ ਦੇ ਬੁੱਤ ਲੱਗਣ ਜੋ ਅੱਜ ਸਰਕਾਰ ਸਿੱਖਾਂ ਦੇ ਨਾਲ ੱੱੱਕਾ ਕਰ ਰਹੀ ਹੈ ਬੁੱਤਾਂ ਬੁੱਤਾਂ ਦੀ ਤੋੜਪਨ ਕਰਨ ਵਾਲੇ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਜਿਹੜੇ ਦੱਜ ਕੀਤੇ ਗਏ ਨੇ ਅਸੀਂ ਸਖਤ ਸ਼ਬਦਾਂ ਵਿੱਚ ਉਸ ਸਾਰੀ ਕਾਰਵਾਈ ਦੀ ਨਿੰਦਾ ਕਰਦੇ ਹਾਂ ਤੇ ਇਹ ਮਪੀਲ ਕਰਦੇ ਹਾਂ ਕਿ ਉੱਥੋਂ ਬੁੱਤ ਹਟਾਏ ਜਾਣ ਨਿਚਾਰਾਂ ਦੇ ਤੇ ਉੱਥੇ ਲਾਏ ਜਾਣ ਸਿੱਖ ਸਰਦਾਰਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ